ਪੰਜਾਬ ਤੋਂ ਵਿਦੇਸ਼ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀਆਂ ਦੀ ਜਦੋਂ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਅਕਸਰ ਲੋਕਾਂ ਦੇ ਹਿਰਦੇ ਵਲੂੰਦਰੇ ਜਾਂਦੇ ਨੇ। ਅਜਿਹਾ ਤਾਜ਼ਾ ਮਾਮਲਾ ਤਰਨ ਤਾਰਨ ਦੇ ਪਿੰਡ ਕਿਰਤੋਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ 33 ਸਾਲਾ ਨੌਜਵਾਨ ਜਸਬੀਰ ਸਿੰਘ ਸਿੰਗਾਪੁਰ ਵਿੱਚ ਮੌਤ ਹੋਣ ਦੀ ਖਬਰ ਆਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, ਦੋ ਬੱਚੇ ਛੱਡ ਗਿਆ ਹੈ, ਜੋ ਕਿ ਪਿੰਡ ਕਿਰਤੋਵਾਲ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਪਏ ਨੇ। ਇਸ ਬਾਰੇ ਮ੍ਰਿਤਕ ਜਸਬੀਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਜਸਬੀਰ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਕਮਾਉਣ ਦੇ ਲਈ ਸਿੰਗਾਪੁਰ ਗਿਆ ਸੀ, ਪਰ ਜਦੋਂ ਉਹਨਾਂ ਨੂੰ ਇਹ ਖਬਰ ਦਾ ਪਤਾ ਲੱਗਿਆ ਕਿ ਉਸ ਦੇ ਨਾਲ ਵਾਪਰਿਆ ਕੀ ਹੈ, ਤਾਂ ਪਰਿਵਾਰ ਦੇ ਵਿੱਚ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਕਿਹੜਾ ਪਿੰਡ ਆ? ਕਿਰਤੋਵਾਲ। ਕੀ ਗੱਲ ਹੋਈ ਆ ਪਤੀ ਚੜੇ ਨੂੰ? ਪਤਾ ਨਹੀਂ, ਕਿਸੇ ਦੀ ਜਾਨ ਬਚਾਉਣ ਦੇ, ਕਿਸੇ ਨੇ ਧੱਕਾ ਦੇਣਾ ਹੈ, ਕਿਸੇ ਕੁੜੀ ਨੂੰ ਬਚਾਉਣ ਦਾ, ਉਹਨਾਂ ਨੇ ਧੱਕਾ ਦੇ ਕੇ ਨਦੀ 'ਚ ਸੁੱਟ ਦਿੱਤਾ। ਕਿਹੜੇ ਦੇਸ਼ ਗਏ? ਸਿੰਗਾਪੁਰ। ਕਿੰਨਾ ਕਿੰਨਾ ਜ਼ਰਾ ਲੱਗਿਆ? 2 ਸਾਲ। ਹਾਂਜੀ, 2 ਸਾਲ। ਹੋਰ ਕਿੰਨੇ ਬੱਚੇ? ਕਿੰਨੇ ਆ? 2। ਤੇ ਕੀ ਮੰਗ ਕਰੋਗੇ ਹੁਣ? ਨਹੀਂ, ਮੇਰੇ ਪਿੱਛੇ ਕੋਈ ਕਮਾਈ ਵਾਲਾ ਨਹੀਂ ਰਹਿ ਗਿਆ, ਉਹੀ ਮੇਰਾ ਘਰ ਪਰਿਵਾਰ ਪਾਲਦਾ ਹੈ, ਮੇਰੇ ਬੱਚਿਆਂ ਨੂੰ, ਮੇਰੇ ਮਾਂ ਪਿਓ ਨੂੰ। ਹੁਣ ਮੇਰੀ ਕੋਈ ਕਮਾਈ ਨਹੀਂ ਰਹਿ ਗਈ, ਕੁਛ ਨਹੀਂ, ਉਹਦੇ ਬਿਨਾਂ ਰਹਿ ਗਿਆ। ਕਿੰਨੀ ਉਮਰ ਸੀ ਇਹਦੀ? 33 ਸਾਲ। ਤੁਹਾਨੂੰ ਕਿੱਦਾਂ ਪਤਾ ਲੱਗਿਆ? ਉੱਥੋਂ ਕੰਪਨੀ 'ਚੋਂ ਫੋਨ ਆਇਆ, ਜਦੋਂ ਕੰਮ 'ਤੇ ਨਹੀਂ ਗਿਆ, ਘਰ ਨਹੀਂ ਗਿਆ। ਇਹ ਨਹਿਰ 'ਚ ਆਇਆ ਤਾਂ ਜਾ ਧੱਕਾ ਦਿੱਤਾ? ਹਾਂਜੀ, ਨਦੀ 'ਚ ਕਿਸੇ ਨੇ ਧੱਕਾ ਦਿੱਤਾ। ਤੁਹਾਨੂੰ ਸੋਮਵਾਰ ਫੋਨ ਆਇਆ ਫਿਰ? ਹਾਂਜੀ, ਸੋਮਵਾਰ ਸਵੇਰੇ ਫੋਨ ਆਇਆ। ਕੀ ਮੈਂ ਕਰੋਗੇ ਹੁਣ? ਦਰਬਾਰਾ ਸਾਹਿਬ। ਕਿਹੜਾ ਪਿੰਡ ਆ? ਕਿਰਤੋਂ। ਕੀ ਲੱਗਦੇ ਤੁਹਾਡੇ ਜਿਹੜਾ ਮੁੰਡਾ ਗਿਆ ਬਾਹਰ, ਕੀ ਨਾਮ? ਮੇਰਾ ਬੇਟਾ ਹੈ ਜਸਵੀਰ ਸਿੰਘ। ਅੱਛਾ, ਤੁਹਾਡਾ ਬੇਟਾ ਆ? ਹਾਂਜੀ। ਕਿੰਨਾ ਕੁ ਚਿਰ ਹੋ ਚੱਲਿਆ ਇਹਨੂੰ ਬਾਹਰ ਗਏ ਨੂੰ? ਇਹਨੂੰ 4-5 ਸਾਲ ਹੋ ਗਏ। ਕਿਹੜੇ ਦੇਸ਼ ਗਿਆ ਸੀ? ਸਿੰਗਾਪੁਰ। ਤੇ ਕੀ ਗੱਲ ਬਣੀ ਉੱਥੇ? ਉੱਥੇ ਰਾਜ ਇੱਕ ਬੈਠਾ ਇੱਕ ਨਹਿਰ ਦੇ ਕੰਢੇ ਦੇ। ਹਾਂਜੀ। ਅਤੇ ਕਿਸੇ ਨੇ ਧੱਕਾ ਹੀ ਮਾਰਤਾ। ਅਤੇ ਕਿੰਨੇ ਬੱਚੇ ਇਹਦੇ? 2 ਬੱਚੇ। ਅਤੇ ਕੀ ਮੰਗ ਕਰੋਗੇ ਹੁਣ ਸਰਕਾਰ ਤੋਂ ਜਾਂ ਇਹਨਾਂ ਦੇ ਵੀ? ਸਰਕਾਰ ਤੋਂ ਇਹੋ ਮੰਗ ਆ ਵੀ ਹੁਣ ਘਰ ਗਰੀਬ ਆ, ਹਾਂਜੀ, ਅਤੇ ਜੋ ਵੀ ਹੋਵੇ ਸਰਕਾਰ ਮਦਦ ਕਰੇ। ਅਤੇ ਕਿੰਨਾ ਕੁ ਚਿਰ ਹੋ ਚੱਲਿਆ ਗਏ ਇਹਨੂੰ? ਮੈਂ ਉਹ 4 ਸਾਲ। ਕੀ ਨਾਂ ਕੀ ਬਾਪੂ ਤੁਹਾਡਾ? ਹਰਭਜਨ ਸਿੰਘ। ਕਿਹੜਾ ਪਿੰਡ ਆ? ਕਿਰਤੋਵਾਲ ਖੁਰਦ। ਗੱਲਬਾਤ ਹੋਈ ਆ? ਗੱਲਬਾਤ ਹੋਈ ਆ ਵੀ ਸੁਣਿਆ ਫੋਨ ਆਇਆ ਸੋਮਵਾਰ, ਹਾਂਜੀ, ਵੀ ਤੁਹਾਡਾ ਲੜਕਾ ਜਿਹੜਾ ਭਤੀਜਾ ਮੇਰਾ ਵੀ ਗੁਜ਼ਰ ਗਿਆ, ਮਰ ਗਿਆ ਨਹਿਰ 'ਚ ਡਿੱਗ ਪਏ, ਵੀ ਕਿਹਨੇ ਧੱਕਾ ਮਾਰਿਆ। ਅੱਛਾ, ਜਿਹਨੇ ਧੱਕਾ ਮਾਰਿਆ ਉਹ ਬੰਦਾ ਫੜਿਆ ਗਿਆ? ਬੰਦਾ ਫੜਿਆ ਗਿਆ, ਫੜੇ ਗਏ ਬੰਦੇ। ਅਤੇ ਬਾਕੀ ਹੁਣ ਸਾਨੂੰ ਇਹੋ ਹੀ ਆ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ, 2 ਲੜਕੇ ਆ, ਅਤੇ ਗੌਰਮੈਂਟ ਨੂੰ ਕੋਈ ਸਹੂਲਤ ਦਿੱਤੀ ਜਾਵੇ, ਅਤੇ ਮਾਤਾ ਰਹਿ ਕੇ ਘਰੋਂ ਗਰੀਬ ਆ, 4-5 ਸਾਲ ਹੋ ਗਏ ਗਏ ਨੂੰ, ਇਹ ਮੰਗ ਕਰਨੀ ਸਰਕਾਰ ਤੋਂ।